ਇਸ ਸੰਬੰਧ ਵਿੱਚ ਮੇਰੇ ਕੋਲ ਵੀ ਇਨਫੋਰਮੇਸ਼ਨ ਆਈ ਸੀ, ਮੁਰਗੀ ਮਹੱਲੇ ਦੀ ਸ਼ਿਕਾਇਤ ਹੈ ਸਾਡੇ ਕੋਲ ਵੀ। ਅਸੀਂ ਇਹਦੇ ਉੱਤੇ ਕੱਲ੍ਹ ਹੀ ਅਜੇ ਲੋਕਲ ਪੁਲਿਸ ਜਿਹੜੇ SHO ਲੱਗੇ ਨੇ ਮੀਟਿੰਗ ਕੀਤੀ ਹੈ, ਇਹ ਅਸੀਂ ਬੜਾ ਜਲਦੀ ਤੋਂ ਜਲਦੀ ਹੱਲ ਕਰ ਲਵਾਂਗੇ। ਅਤੇ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਅਤੇ ਮੈਂ ਹੁਣੇ ਹੀ ਡਿਊਟੀ ਲਾ ਦਿੱਤੀ ਸੀ SHO ਦੀ ਚੌਕੀ ਇੰਚਾਰਜ ਦੀ, ਅਤੇ ਅਸੀਂ ਜੇਕਰ ਜਿੱਥੇ ਬੈਠੇ ਸੀ ਉੱਥੇ ਅਸੀਂ ਰੇਡ ਕਰਕੇ ਅੱਜ ਉਹਨਾਂ ਨੂੰ ਚੁੱਕ ਕੇ ਉੱਥੇ ਜੇ ਕੋਸ਼ਿਸ਼ ਕਰਾਂਗੇ, ਜੇ ਤਾਂ ਉਹ ਬੜੇ ਪੁਰਾਣੇ ਆਦੀ ਨੇ ਜਾਂ ਬਹੁਤ ਤਕੜੇ ਸਮੱਗਲਰ ਨੇ, ਉਹਨਾਂ 'ਤੇ ਪਰਚਾ ਦੇਵਾਂਗੇ। ਅਦਰਵਾਈਜ਼ ਜੇਕਰ ਉਹ ਸਟਾਰਟਿੰਗ ਉਹਨੇ ਸਟਾਰਟ 'ਚ ਲੱਗਿਆ ਜਾਂ ਕੀ ਕੀਤਾ, ਉਹਦਾ ਹੋ ਸਕਦਾ ਅਸੀਂ ਉਹਦਾ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਵੀ ਭਰਤੀ ਕਰਾਵਾਂਗੇ, ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੈਗਾ, ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਹੈਗਾ, ਉੱਥੇ ਵੀ ਭੇਜਾਂਗੇ। ਕਿਉਂਕਿ ਜੇ ਕਿਸੇ ਦਾ ਬੱਚਾ ਸਿੱਧੇ ਰਸਤੇ ਪੈ ਜਾਵੇ ਉਹਦੇ ਵਰਗੀ ਰੀਸ ਕੋਈ ਨਹੀਂ ਹੈਗੀ, ਬਟ ਜਿਹੜੇ ਮਾੜੇ ਅਫਸਰ ਨੇ ਨਸ਼ੇ ਕਰਦੇ ਨੇ, ਨਸ਼ੇ ਵੇਚਦੇ ਨੇ, ਉਹਨਾਂ ਨੂੰ ਸਾਡੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਬਿਲਕੁਲ ਉਹਨਾਂ 'ਤੇ ਕਾਰਵਾਈ ਵੀ ਹੋਊਗੀ। ਸਾਡੀ ਇਹ ਪ੍ਰੋਪਰ ਮੁਹਿੰਮ ਵੰਡੀ ਹੋਈ ਹੈ, ਸਾਡੇ ਸਾਰੇ ਅਫਸਰ ਪਿੰਡਾਂ 'ਚ ਜਾ ਕੇ ਨਸ਼ੇ ਦੇ ਸੰਬੰਧ ਦੇ ਸੈਮੀਨਾਰ ਵੀ ਕਰਦੇ ਨੇ, ਅਤੇ ਅਸੀਂ ਲੋਕਾਂ ਪਬਲਿਕ ਨੂੰ ਵੀ ਇਹ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਦਿਓ, ਤਾਂ ਜੋ ਇਹ ਜਿਹੜਾ ਨਸ਼ੇ ਦਾ ਜਿਹੜਾ ਕੰਮ ਚੱਲਿਆ ਇਹਨੂੰ ਬੰਦ ਕਰ ਸਕੀਏ। ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋਣਾ, ਅਸੀਂ ਇਸ ਗੱਲ 'ਤੇ ਤਿਆਰ ਹਾਂ। ਉਹਨੇ ਵੀ ਮੇਰੀ ਬਾਈ ਲੈਨ ਚਲਾਈ ਜੇ ਨਾ, ਸਾਰੇ ਜਿੰਨੇ ਵੀ ਹੈਗੇ ਨਾ ਪੇਪਰ, ਟਾਈਮਸ ਆਫ ਇੰਡੀਆ, ਸਾਰਿਆਂ ਨੂੰ ਸਾਡੀ ਨਾ ਇੱਕ ਐਪ ਚੱਲਦੀ। ਸਾਨੂੰ ਅਸੀਂ 7-8 ਪਰਿਵਾਰ ਦੇ ਜੀ ਹਾਂ ਜੀ, ਸਾਡਾ ਮਿਹਨਤ ਕਰਕੇ ਗੁਜ਼ਾਰਾ ਬੜੀ ਮੁਸ਼ਕਲ ਹੋਣ ਡਿਆ। ਅਸੀਂ ਮਿਹਨਤ ਮਜ਼ਦੂਰੀ ਕਰਦੇ, ਸਾਡਾ ਕਾਰੋਬਾਰ ਵੀ ਬੰਦ ਹੋਇਆ ਪਿਆ ਵਾ, ਅਸੀਂ ਨਾ ਬਾਹਰ ਜੋਗੇ ਨਾ ਅੰਦਰ ਜੋਗੇ ਹਾਂ। ਅਸੀਂ ਪ੍ਰਸ਼ਾਸਨ 'ਚ ਕੋਈ ਇਹੋ ਮੰਗ ਕਰਦੇ ਹਾਂ ਵੀ ਜਿੰਨੇ ਵੀ ਬੱਚੇ ਨਸ਼ਿਆਂ ਦੇ, ਇਹਨਾਂ ਨੂੰ ਕਿਸੇ ਤਰੀਕੇ ਨਾਲ ਛਡਾਇਆ ਜਾਵੇ ਅਤੇ ਨਸ਼ਾ ਬੰਦ ਕੀਤਾ ਜਾਵੇ। ਗਲੀ ਕੁ ਮੁਹੱਲਿਆਂ 'ਚ ਕਿਤੇ ਵੀ ਕੋਈ ਵੇਖਦਾ, ਕੋਈ ਗੋਲੀ ਵੇਖਦੀ, ਕੋਈ ਟੀਕਾ ਵੇਖਦਾ, ਕੁਛ ਵੀ ਕਰਦਾ, ਜਿਹੜਾ ਕੋਈ ਟੀਕੇ ਦਿੰਦਾ ਵੀ ਉਹਨੂੰ ਵੀ ਫੜਿਆ ਜਾਵੇ। ਮੈਡੀਕਲ ਸਟੋਰਾਂ ਤੋਂ ਵੀ ਮਿਲਦੇ ਨੇ, ਗਲੀਆਂ ਮੁਹੱਲਿਆਂ 'ਚੋਂ ਜਿਹੜੇ ਦੁਕਾਨਾਂ ਪਾਈਆਂ ਉਹਨਾਂ ਤੋਂ ਵੀ ਮਿਲਦੇ ਨੇ। ਇਹ ਆਪਣੇ ਉਹਨਾਂ ਧੰਦਾ ਬਣਾਇਆ, ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰਨ ਡਏ ਨੇ ਬਹੁਤ ਜ਼ਿਆਦਾ। ਹਰ ਪਾਸੇ ਸ਼ੁਕਰਪੁਰਾ, ਮੁਰਗੀ ਮੱਲਾ, ਮਾਨ ਨਗਰ, ਬਟਾਲੇ ਦੇ ਹਰ ਏਰੀਏ 'ਚ ਹੀ ਨਸ਼ਾ ਵਿਕਣ ਡਿਆ ਵਾ। ਤੁਸੀਂ ਆਪਣੇ ਬੱਚੇ ਨੂੰ ਸੁਧਾਰਨ ਲਈ ਕੀ ਕੀਤਾ? ਅਸੀਂ ਬੱਚੇ ਨੂੰ ਸੁਧਾਰਨ ਲਈ ਕੀਤਾ, ਅਸੀਂ ਮਤਲਬ ਕਿ ਸੈਂਟਰ ਵਿੱਚ ਵੀ 1.5 ਮਹੀਨਾ ਉਹਨੂੰ ਰੱਖਿਆ, ਉੱਥੋਂ ਛੁੱਟ ਕੇ ਆ ਕੇ ਫਿਰ ਬੱਚਿਆਂ ਨਾਲ ਲਾ ਕੇ ਫਿਰ ਉਕਸਾ ਕੇ ਬੱਚਿਆਂ ਨੇ ਉਹਨੂੰ ਨਸ਼ਾ ਲਾ ਦਿੱਤਾ। ਪੁਲਿਸ ਕੋਲ 2-4 ਵਾਰੀ ਜਾ ਚੁੱਕੇ, ਪੁਲਿਸ ਦੇ ਕਹਿੰਦੇ ਵੀ ਆਪਣੇ ਬੱਚੇ ਨੂੰ ਸੁਧਾਰੋ, ਤੁਸੀਂ ਸੈਂਟਰ 'ਚ ਦਾਖਲ ਕਰਾਓ, ਜੇ ਕਰੋ ਵੋ ਕਰੋ, ਪਰ ਅਸੀਂ ਕਿੱਥੇ ਜਾਈਏ ਹੁਣ, ਸੈਂਟਰ 'ਚ ਕਿੱਥੇ ਦਾਖਲ ਕਰਾਈਏ? ਪੁਲਿਸ ਦਾ ਕੰਮ ਆ ਨਸ਼ਾ ਰੋਕਣਾ, ਤੁਸੀਂ ਉਹਨਾਂ ਨੂੰ ਕੰਪਲੇਂਟ ਨਹੀਂ ਕਰਦੇ ਹੋ, ਆ ਕੇ ਉਹ ਨਸ਼ਈਆਂ ਨੂੰ ਫੜਦੇ ਨੇ? ਨਹੀਂ, ਨਸ਼ਈਆਂ ਨੂੰ ਆ ਕੇ ਕਦੀ ਨਹੀਂ ਫੜਿਆ ਨਾ। ਪਿੱਛੇ ਜੇ ਮੈਂ ਚਾਲੂ ਕੀਤੀ ਸੀ ਇਹਨਾਂ 1.5-2 ਮਹੀਨੇ ਪਹਿਲਾਂ, ਉਦੋਂ ਥੋੜ੍ਹਾ ਜਿਹੀ ਠੱਲ ਪਈ ਸੀ, ਬੱਚੇ ਡਰੇ ਸਨ, ਹੁਣ ਫਿਰ ਉਹੀ ਹਾਲ ਹੋਣ ਲੱਗੇ ਬੱਚਿਆਂ ਦੇ, ਸਾਨੂੰ ਕਿੰਨੇ ਕਿਉਂ ਫੜਨਾ, ਸਾਡੇ ਕੋਲ ਕੀ ਲੈ ਲੈਣਾ, ਸਾਨੂੰ ਫੜ ਕੇ ਕੀ ਕਰ ਲੈਣਗੇ? ਇਹੋ ਕੁਛ ਹੀ ਅੱਗੋਂ ਕਹਿੰਦੇ, 12 ਸਾਲ ਦੇ ਬੱਚੇ, 13 ਸਾਲ ਦੇ ਬੱਚੇ, 14 ਸਾਲ ਦੇ ਬੱਚੇ, 22-25 ਸਾਲ ਦੇ ਮੁੰਡੇ, 30 ਦੀ ਉਮਰ ਦੇ ਤੱਕ ਸਾਰੇ ਹੀ ਬੱਚੇ ਕੰਮ 'ਚ ਲੱਗੇ ਹੋਏ ਨੇ।